बतौर एसएसपी संगरूर अपनियां सेवावां देण तों बाद सुरेंद्र लांबा दा होया हुशियारपुर तबादला। अज हुशियारपुर पहुंच के संभालिया चार्ज, गार्ड ऑफ ऑनर नाल कीता गया स्वागत। चार्ज संभालन तों बाद मीडिया नाल कीती गई गलबात। ਅਤੇ ਸਾਰੇ ਪਹਿਲਾਂ ਤੋਂ ਸਾਰੇ ਪ੍ਰੈਸ ਮੀਡੀਆ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਇੰਟਰੈਕਸ਼ਨ ਵਾਸਤੇ ਤਾਂ ਆਪਣੀ ਪਹਿਲੀ ਮੁਲਾਕਾਤ ਹੈਗੀ। ਅਤੇ ਹੁਸ਼ਿਆਰਪੁਰ ਇੱਕ ਇੰਪੋਰਟੈਂਟ ਡਿਸਟ੍ਰਿਕਟ ਹੈਗਾ, ਜਿਵੇਂ ਤੁਸੀਂ ਸਾਰੇ ਜਾਣਦੇ ਹੋ, ਅਤੇ ਸੈਂਸਿਟਿਵ ਡਿਸਟ੍ਰਿਕਟ ਹੈਗਾ। ਅਤੇ ਕੋਸ਼ਿਸ਼ ਕਰਾਂਗੇ ਕਿ ਇੱਥੇ ਚੰਗਾ ਕੰਮ ਹੋਵੇ ਅਤੇ ਲੋਅ ਐਂਡ ਆਰਡਰ ਜਿਹੜਾ ਹੈਗਾ ਪਹਿਲੀ ਪ੍ਰਾਇਰਟੀ ਆਪਣੀ ਹੈਗੀ, ਜਿਹਦੇ ਵਿੱਚ ਕੋਈ ਵੀ ਡਿਸਟਰਬੈਂਸ ਨਾ ਹੋਵੇ। ਦੂਸਰਾ, ਕ੍ਰਿਮੀਨਲ ਐਕਟੀਵਿਟੀ ਜਿਹੜੀ ਵੀ ਹੈਗੀ ਉਹਨਾਂ 'ਤੇ ਬਿਲਕੁਲ ਕਰਮ ਰਹੇ, ਕਿਸੇ ਵੀ ਕ੍ਰਿਮੀਨਲ ਨੂੰ ਸਰ ਨਹੀਂ ਚੱਕਣ ਦਿੱਤਾ ਜਾਏਗਾ। ਅਤੇ ਤੀਜਾ, ਆਮ ਲੋਕਾਂ ਦੇ ਜਿਹੜੇ ਦੁੱਖ ਤਕਲੀਫਾਂ ਹੈਗੀ ਉਹ ਪੁਲਿਸ ਵੱਲੋਂ ਪਹਿਲਾਂ ਵੀ ਮੈਰਿਟ 'ਤੇ ਸੁਣੀਆਂ ਜਾਂਦੀਆਂ ਰਹੀਆਂ ਹੈਗੀਆਂ, ਬਟ ਉਹਨਾਂ 'ਚ ਹੋਰ ਵੀ ਜੇਕਰ ਕੋਈ ਕਮੀ ਬੇਸੀ ਹੈਗੀ ਤਾਂ ਉਹ ਮੈਂ ਸਤਾੜੇ ਰਾਹੀਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੂੰਗਾ ਕਿ ਆਮ ਪਬਲਿਕ ਸਭ ਤੋਂ ਪਹਿਲਾਂ ਆਪਣੇ ਕੰਸਰਨਡ ਚੌਕੀ ਥਾਣੇ ਜਾਏ ਅਤੇ ਉੱਥੇ ਆਪਣੀ ਕੰਪਲੇਂਟ ਦੇ। ਕਿਸੇ ਨੂੰ ਵੀ ਆਪਣੀ ਗੱਲ ਸੁਣਨ ਵਾਸਤੇ ਪਹਿਲੀ ਵਾਰੀ ਸਿੱਧਾ SSP ਦਫ਼ਤਰ ਆਉਣ ਦੀ ਲੋੜ ਨਹੀਂ ਹੈਗੀ। ਸਾਰੇ ਚੌਕੀ ਇੰਚਾਰਜਸ, ਥਾਣੇ ਇੰਚਾਰਜਸ ਨੂੰ ਆਹ ਡਾਇਰੈਕਸ਼ਨ ਦਿੱਤੇ ਗਏ ਹੈਗੇ ਕਿ ਉਹ ਪਬਲਿਕ ਦੀ ਗੱਲ ਇਮੀਡੀਏਟਲੀ ਤੁਰੰਤ ਮੈਰਿਟ 'ਤੇ ਸੁਣਨਗੇ। ਜੇਕਰ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਤਾਂ ਡੈਫੀਨੇਟਲੀ ਉਹ ਮੇਰੇ ਦਫ਼ਤਰ ਆ ਸਕਦੇ ਹੈਗੇ ਅਤੇ ਉਸ ਤੋਂ ਬਾਅਦ ਇਮੀਡੀਏਟਲੀ ਅਸੀਂ ਜਿਹੜੀ ਹੈਗੀ ਕਾਰਵਾਈ ਕਰਵਾਵਾਂਗੇ। ਆਮ ਲੋਕਾਂ ਨੂੰ ਨਿਆਂ ਜਿਹੜਾ ਹੈਗਾ ਉਹ ਮਿਲੇ, ਜਲਦੀ ਮਿਲੇ, ਇਮੀਡੀਏਟ ਮਿਲੇ ਅਤੇ ਮੈਰਿਟ ਦੇ ਆਧਾਰ 'ਤੇ ਮਿਲੇ, ਆਹ ਸਾਡੀ ਪ੍ਰੀਫਰੈਂਸ ਰਹੇਗੀ। ਉਸ ਦੇ ਨਾਲ ਨਾਲ ਕ੍ਰਿਮੀਨਲ ਅਤੇ ਕੰਟਰੋਲ ਅਤੇ ਲੋਅ ਐਂਡ ਆਰਡਰ ਵਿਵਸਥਾ ਪ੍ਰੋਪਰ ਕਮਿਊਨਲ ਹਾਰਮੋਨੀ ਬਣੀ ਰਹੇ, ਸਾਰਿਆਂ ਦਾ ਚੰਗਾ ਭਾਈਚਾਰਾ ਬਣਿਆ ਰਹੇ, ਆਹ ਸਾਡੀ ਪ੍ਰੀਫਰੈਂਸ ਰਹੇਗੀ। ਨਸ਼ਿਆਂ ਨੂੰ ਲੈ ਕੇ ਸਰ ਪੰਜਾਬ ਪੁਲਿਸ ਵੱਲੋਂ, ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ 'ਤੇ ਕਦਮ ਚੁੱਕੇ ਜਾ ਰਹੇ ਨੇ, ਕੋਈ ਤੁਹਾਡੇ ਵੱਲੋਂ ਕੋਈ ਸਪੈਸ਼ਲ ਮੁਹਿੰਮ ਛੇੜੀ ਹੈ? ਦੇਖੋ, ਜਿਵੇਂ ਤੁਹਾਨੂੰ ਪਤਾ ਹੈਗਾ ਆਲਰੇਡੀ ਪਿਛਲੇ SSP ਸਾਹਿਬ ਵੀ ਕਰਦੇ ਰਹੇ ਹੈਗੇ ਅਤੇ ਅਸੀਂ ਸਾਰੇ ਵੱਖ ਵੱਖ ਜ਼ਿਲ੍ਹਿਆਂ 'ਚ ਪੂਰੇ ਪੰਜਾਬ 'ਚ ਇੱਕ ਕੈਂਪੇਨ ਜਿਹੜੀ ਹੈਗੀ ਸਟੇਟ ਲੈਵਲ ਦੀ ਕੈਂਪੇਨ, ਮਾਨਯੋਗ CM ਸਾਹਿਬ ਦੀ ਡਾਇਰੈਕਸ਼ਨ 'ਤੇ, ਮਾਨਯੋਗ DGP ਪੰਜਾਬ, ਸਪੈਸ਼ਲ DG ST F ਦੀ ਗਾਈਡੈਂਸ ਹੇਠ ਆਪਾਂ ਪੂਰੇ ਸਟੇਟ 'ਚ ਹੀ ਕੈਂਪੇਨ ਚੱਲ ਰਹੀ ਹੈਗੀ ਅਤੇ ਇੱਥੇ ਵੀ ਉਸੇ ਤਰੀਕੇ ਦੀ ਕੈਂਪੇਨ ਜਿਹੜੀ ਹੈਗੀ ਉਹਨੂੰ ਬੜਾ ਐਗਰੈਸਿਵ ਤਰੀਕੇ ਨਾਲ ਚਲਾਇਆ ਜਾਏਗਾ, ਜਿਹਦੇ ਵਿੱਚ ਸਾਡੇ ਦੋ ਮੇਨ ਪੈਰਾਮੀਟਰ ਹੈਗੇ। ਇੱਕ, ਜਿਹੜਾ ਨਸ਼ੇ ਤੋਂ ਪੀੜਿਤ ਹੈਗਾ, ਅੱਗੇ ਨਹੀਂ ਵੇਚਦਾ ਹੈਗਾ ਬਟ ਨਸ਼ੇ ਦੇ ਜਾਲ 'ਚ ਫਸ ਚੁੱਕਿਆ ਹੈਗਾ, ਉਹਨੂੰ ਬਾਹਰ ਕੱਢਣਾ, ਉਹ ਲੋਕਾਂ ਨੂੰ ਮੋਟੀਵੇਟ ਕਰਨਾ, ਲੋਕਾਂ ਦੇ ਸਹਿਯੋਗ ਨਾਲ ਉਹਨੂੰ ਮੋਟੀਵੇਟ ਕਰਕੇ ਨਸ਼ੇ ਦੇ ਜਾਲ ਤੋਂ ਬਾਹਰ ਕੱਢ ਕੇ ਉਹਦਾ ਇਲਾਜ ਕਰਾਉਣਾ। ਦੂਜਾ, ਜਿਹੜਾ ਇਸ ਨਸ਼ੇ ਦੇ ਧੰਦੇ ਨੂੰ ਆਪਣੇ